ਬਦਾਮ ਬਾਲਾ ਹੀ ਦਾ ਦੇ ਵੀਰ ਬਰਫ ਵਾਲਾ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਸਾਰੇ? ਪਰਸੋਂ ਕਸ਼ਮੀਰ ਤੋਂ ਵਾਪਸ ਆ ਗਏ ਸੀ ਜੀ ਸ਼ਾਮ ਨੂੰ, ਅਤੇ ਕੱਲ੍ਹ ਸਾਰਾ ਦਿਨ ਯਾਰ ਘਰੇ ਸੁੱਤੇ ਰਹੇ, ਲਾ ਲਓ ਕਿ ਇੰਨੀ ਥਕਾਵਟ, ਪੂਰੀ ਟ੍ਰਿਪ 'ਤੇ ਨਹੀਂ ਹੋਈ ਜਿੰਨਾ ਹੀ ਘੁੰਮੇ ਹਾਂ, ਕੀ ਹਾਲ ਆ ਜੀ? ਬਟ ਯਾਰ ਕਸ਼ਮੀਰ ਵਾਲੇ ਲੋਕ ਨੂੰ ਤੁਸੀਂ ਕਾਫੀ ਪਿਆਰ ਦਿੱਤਾ, ਉਹ ਲਈ ਧੰਨਵਾਦ। ਵੈਲਕਮ ਬੈਕ ਜਾਣ ਗਾਇਸ, ਇਹ ਹੋ ਸੁਣਾ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ, ਅਤੇ ਜਿੰਨੇ ਕਸ਼ਮੀਰ ਵਾਲੇ ਲੋਕ ਹਲੇ ਵੀ ਨਹੀਂ ਦੇਖੇ ਜਾ ਕੇ ਜ਼ਰੂਰ ਦੇਖਿਓ ਜੀ। ਉੱਥੇ ਵਾਹਵਾ ਅਸੀਂ ਘੁੰਮੇ, ਸ਼੍ਰੀਨਗਰ, ਗੁਲਮਰਗ, ਸੋਨਮਰਗ, ਬਾਰਾਮੁੱਲਾ, ਆਲਮੋਸਟ ਅਸੀਂ ਕਵਰ ਕਰ ਲਿਆ ਹੋਇਆ ਵਾ, ਅਤੇ ਕਾਫੀ ਮਜ਼ਾ ਆਇਆ ਯਾਰ। ਅਤੇ ਜਿਹਨਾਂ ਲੋਕ ਦੇਖ ਲਿਆ ਉਹਨਾਂ ਦਾ ਧੰਨਵਾਦ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਹੁਣ ਫਿਰ ਤੋਂ ਪਲੈਨ ਬਣ ਗਿਆ ਜੀ ਅੱਜ ਰਗੜੇ ਦਾ, ਅਤੇ ਆਪਾਂ ਸਮਾਨ ਲੈਣ ਚੱਲੇ ਹਾਂ ਰਗੜੇ ਦਾ। ਐਰਕੀ ਆਪਾਂ ਪੈਕਟ ਵਾਲਾ ਸਮਾਨ ਨਹੀਂ ਲਿਆਉਣਾ, ਐਰਕੀ ਆਪਾਂ ਖੁੱਲ੍ਹਾ ਰਸਤ ਲਿਆਉਣੀ ਆ। ਰਸਤ ਕਹਿੰਦੇ ਨੂੰ ਖੁੱਲ੍ਹੀ ਰਸਤ ਲੈ ਕੇ ਆਉਣੀ ਹੈ, ਕਿਉਂਕਿ ਯਾਰ ਉਹ ਪੈਕਟ ਦੇ ਵਿੱਚ ਨਾ ਉਹ ਸਾਰਾ ਮਟੀਰੀਅਲ ਪੂਰਾ ਨਹੀਂ ਹੁੰਦਾ, ਘੱਟ ਹੁੰਦਾ, ਤਾਂ ਕਰਕੇ ਉਹ ਚੀਜ਼ ਵਧੀਆ ਨਹੀਂ ਬਣਦੀ, ਤਾਂ ਕਰਕੇ ਅੱਜ ਆਪਾਂ ਖੁੱਲ੍ਹੀ ਰਸਤ ਲੈਣ ਚੱਲਦੇ ਹਾਂ। ਅਤੇ ਮੌਸਮ ਥੋੜ੍ਹਾ ਠੰਡਾ ਸੀ ਪਹਿਲਾਂ, ਹੁਣ ਧੁੱਪ ਚੜ ਗਈ ਆ, ਥੋੜ੍ਹਾ ਹੁਣ ਠਹਿਰ ਕੇ ਜੇ ਲਾਵਾਂਗੇ। ਐਕਟੀਵੇ ਚਲਾਉਂਦਾ ਵੱਖਰਾ ਹੀ ਮਜ਼ਾ ਆਉਂਦਾ ਜੀ। ਸਹੀ ਗੱਲ, ਅਗਲੀ ਬ੍ਰੇਕ ਨਾ ਕਿੰਨੇ ਦਾ ਬਣਾਇਆ? ਨਹੀਂ ਨਹੀਂ ਪਾਈਏ ਜ਼ਿਆਦਾ ਬਣਾ, 100 ਗ੍ਰਾਮ ਕਰੋ ਬੋਲੋ, ਮਗਜ ਪਾਈਆ ਜ਼ਿਆਦਾ। ਹੁਣ ਆਏ ਹਾਂ ਜੀ ਰਸਤੇ ਦਾ ਸਮਾਨ ਲੈਣ ਵਾਸਤੇ, ਇੱਥੇ ਪੈਕਟ ਹੀ ਆ ਸਾਰੇ ਵੱਡੇ ਆ, 100 ਗ੍ਰਾਮ ਦੇ ਆ, ਇਹਨਾਂ ਦਾ ਬਹੁਤ ਜ਼ਿਆਦਾ ਹੋ ਜਾਣਾ ਵਾ, ਬਹੁਤ ਜ਼ਿਆਦਾ ਆ, 5 ਤਾਂ ਬੰਦੇ ਹੈਗੇ ਆ। ਆਹ ਕਿੰਨੇ ਵਾਲਾ ਵਾ? ਪਾਈ ਵਾਲਾ, ਜਿਹੜਾ ਲਾਸਟ ਵੀ ਹੈਗਾ ਉਹੀ ਆ। ਆਹੋ, ਖਸਖਾਸ ਘੱਟ ਹੁੰਦੀ ਆ, ਜਦ ਕਰ ਸਕਦੀ ਖਸਖਾਸ, ਛੋਟਾ ਪੈਕਟ ਹੈਗਾ 50 ਗ੍ਰਾਮ ਵੱਖਰੀ ਪੁਆਰਨਾ, ਏਦਾਂ ਕਰ ਦੋ, ਏਦਾਂ ਕਰੋ 100 ਗ੍ਰਾਮ ਬਦਾਮ ਕਰ ਦੋ, 50 ਕਰ ਦੋ ਕੀ ਕਹਿੰਦੇ ਖਸਖਾਸ, ਤੇ ਜਿਹੜੇ ਮਗਜ ਆ ਸਾਰੇ ਉਹ ਮਿਕਸ ਕਰ ਦੋ 100 ਗ੍ਰਾਮ। ਖੀਰਾ, ਖਰਬੂਜਾ, ਤਰਬੂਜ ਮਿਕਸ ਹੁੰਦੇ ਆ? ਮਿਕਸ, ਹਾਂਜੀ ਸਰ, 4 ਮਗ ਮਿਕਸ ਹੁੰਦੇ ਜੀ, ਬਹੁਤ ਘੱਟੋ ਘੱਟ ਜੇ ਪਈ 20-22 ਗਲਾਸ ਬਣ ਜਾਣਗੇ ਇਹਨਾਂ, ਤਾਂ ਇਹ ਲੋੜ ਨਹੀਂ। ਪਿਛਲੇ ਆਪਾਂ ਦੁੱਧ ਜਿਹੜਾ ਪਾਤਾ ਸੀ ਜਾਂ ਪਾਣੀ ਜਿਹੜਾ ਪਾਤਾ, ਇਹ ਪਿਛਲੇ ਦਾ ਪੈਕਟ ਛੋਟਾ ਸੀ, ਇਹ ਦੂਸਰਾ ਵਾ। ਰਗੜੇ ਦਾ ਸਮਾਨ ਤਾਂ ਲਿਆ ਹੋਇਆ ਵਾ, ਰਗੜੇ ਲਾਉਣ ਨੂੰ ਹਲੇ ਟਾਈਮ ਲੱਗ ਜਾਣਾ ਯਾਰ, ਕਿਉਂਕਿ ਧੁੱਪ ਚੜ ਗਈ ਸੀ ਆ, ਤਾਂ ਥੋੜ੍ਹਾ ਰੋਕ ਕੇ ਲਾਵਾਂਗੇ ਉਹਦੇ ਆਪਾਂ ਦੁੱਧ ਦੀ ਬੋਤਲ। ਸਪੈਸ਼ਲ ਕੋਈ ਜਸਤੇ ਹੀ ਖੁੱਲਦਾ ਵਾ, ਘਰ ਵੀ ਖੁੱਲ ਜੂਗਾ ਅੱਜ, ਇੱਥੇ ਇੱਥੇ ਲਾਉਂਦੇ ਹਾਂ ਅੱਜ, ਹਾਂ ਸ਼ਾਮੀ। ਸਭ ਤੋਂ ਪਹਿਲਾਂ ਪਾ ਦਿੱਤੀ ਖਸਖਾਸ ਅਤੇ ਨਾਲ ਬਦਾਮ, ਬਦਾਮ ਮਜ਼ਾ ਪਾਉਂਦੇ ਨਾ, ਪਹਿਲਾਂ ਉਹ ਕਰਦਾ ਨਹੀਂ, ਪਾ ਕੇ ਰੱਖ ਉਧਰ ਗਈਆਂ ਥੱਲੇ, ਆਹੀ ਉਹ ਨਹੀਂ ਨਹੀਂ ਪਹਿਲਾਂ ਗੱਲ ਪਹਿਲਾਂ ਕਰ ਲਈ, ਆਹੋ ਲੈ ਦੇਖਾ ਸਹੀ ਲੋਕੇਸ਼ਨ ਵਧੀਆ ਹੋ ਗਈ ਇੱਧਰ, ਖਰਚੇ ਫੜਾ, ਪਾਣੀ ਪਾ ਲਈਏ ਮਸਾ ਗਿਆ ਰਗੜੇ ਨੂੰ ਪਤਾ ਕਿੱਦਾਂ ਵੇਖਣਾ, ਲਾਲ ਵੀ ਛੁੱਟ ਕੇ
ਖੁਰਾਕ ਬਣਾ ਦੇ ਰੋਜ਼ ਖਾਣੀ ਸਵੇਰੇ 7 ਵਜੇ ਤੈਨੂੰ ਭੇਜ ਲੱਗਿਆ ਆਪਾਂ ਇੰਗਲੈਂਡ ਸਵੇਰੇ 7 ਵਜੇ ਜਾਣਾ ਫਿਰ ਕੰਮ ਤੇ ਖਾਣੀ ਆ ਬਚ ਗਿਆ ਤੈਨੂੰ ਭੇਜ ਲੱਗਿਆ ਉਹ ਪਾਰਸਲ ਕਰਨ ਲੱਗੇ ਆ ਤੇਰੇ ਜੋਗੀ ਵੇਖ ਲੈ ਬਚ ਜੂਗੀ ਇੰਨੀ ਕੁ ਬਚ ਜੂਗੀ ਕਿੱਡੀ ਪੋਲੀ ਹੋ ਗਈ ਭੇਜ ਦੇ ਮੈਂ ਨਹੀਂ ਇੱਧਰ ਵੇ ਭਰਾਵਾ ਪੂਣਾ ਘੰਟਾ ਹੋ ਕੇ ਲੱਗੀ ਆਵੇਂ ਬਣੇ ਨਹੀਂ ਹੁੰਦਿਆ ਅੱਧਾ ਮਟੀਰੀਅਲ ਬਾਹਰ ਕੱਢ ਕੇ ਰੱਖੇ ਹੀ ਆ ਸਾਡਾ ਕੁੰਡਾ ਤੇ ਛੋਟਾ ਹੀ ਚਟਨੀ ਬਣਾਉਣੀ ਸੀ ਇਹਨਾਂ ਨੇ ਸੋਚਿਆ ਰਗੜਾ ਬਣਾ ਲਈਏ ਚਟਨੀ ਬਣਨ ਨਹੀਂ ਰਹੀ ਵੇ ਯਾਰ ਸਾਡੇ ਨਾਲ ਘੋੜਨਾ ਜਿਹੜਾ ਕੁੰਡਾ ਨਾ ਛੋਟੇ ਤਾਂ ਕਰਕੇ ਇੱਧਰ ਗੱਲ ਕਰ ਲਾ ਮੈਂ ਪਰਸੋਂ ਜਾਸਤੇ ਵੇਟ ਕਰ ਰਿਹਾ ਕੋਈ ਮੈਨੂੰ ਬੁਲਾਵੇ ਮੈਂ ਭੱਜਾ ਆਵਾ ਦੌੜਦਾ ਹੀ ਆਵਾ ਮੈਂ ਹਾਂ ਯੂਕੇ ਸਿੱਧੀ ਨਾ ਹੀ ਸਿੱਧੀ ਨਾ ਕਰਤੀ ਯਾਰ ਬਣ ਦਿਲ ਤੋੜਦਾ ਹੀ ਯਾਰ ਮੈਂ ਤੇਰੇ ਭਲੇ ਭਲੇ ਦੀ ਗੱਲ ਕਰਨੇ ਕੀ ਕਰਨਾ ਇੱਥੇ ਆ ਕੇ ਆਹੋ ਉਹ ਅੱਗੇ ਘਾਟੇ 'ਚ ਚੱਲਣ ਦਿਆ ਯੂਕੇ ਬਹੁਤ ਸੁਖੀ ਹੈ ਇੱਥੇ ਤੂੰ ਹੁਣੇ ਗੱਲ ਹੁੰਦੀ ਸੀ ਕਿਸੇ ਨੇ ਵੀ ਰਗੜਾ ਪੀ ਕੇ ਨਾ ਨਿੰਦਣਾ ਨਹੀਂ ਹੈ ਜਿਹੜਾ ਨਿੰਦਿਆ ਸਮਝ ਲੈ ਕੀ ਉਹਨੇ ਆਰਾਮ ਦਾ ਕਰਦਾ ਜਿਹਨੇ ਪੀਤਾ ਉਹਨੇ ਕਹਿਣਾ ਬਹੁਤ ਵਧੀਆ ਕਿਉਂਕਿ ਮਿਹਨਤ ਬਹੁਤ ਲੱਗੀ ਇੱਕ ਘੰਟਾ ਹੋ ਗਿਆ ਸਾਨੂੰ ਆਹ ਕਰਦੇ ਆ ਭਾਵੇਂ ਤੈਨੂੰ ਮਾੜਾ ਲੱਗੇ ਚੰਗਾ ਲੱਗੇ ਮਿੱਠਾ ਘੱਟ ਲੱਗੇ ਕਹਿਣਾ ਬਹੁਤ ਵਧੀਆ ਬਹੁਤ ਵਧੀਆ ਸਵਾਰੀ ਆ ਗਿਆ ਬਦਾਮ ਬਾਲੇ ਦਾ ਦੇ ਦੁੱਧ ਨਾ ਕਰੀਦਾ ਮੈਂ ਪਾਣੀ ਵੀ ਕਰ ਲਈਦਾ ਵਾ ਪਾਣੀ ਦੁੱਧ ਕਰ ਲਈਏ ਮੈਂ ਕਰਨਾ ਬੰਦੇ ਨੇ ਦੁੱਧ ਸੰਘਣਾ ਹੁੰਦਾ ਅੱਛਾ ਕਿ ਕਰ ਲਈਦਾ ਵਾ ਕਰ ਲਈਦਾ ਉਹਨੇ ਨਾ ਕੀ ਕਰ ਲੈਂਦਾ ਉਹ ਥੋੜਾ ਵਿੱਚ ਪਾਣੀ ਮਿਕਸ ਕਰ ਦੁੱਧ ਚ ਪਾਣੀ ਉਹਨੂੰ ਪਾਣੀ ਇੱਕ ਮਿੰਟ ਹੈ ਤਾਂ ਫੜੋਗੇ ਤੇ ਮੈਂ ਤੂੰ ਉਹ ਮੂੰਹ ਫੁੱਟੇਗਾ ਨਾ ਮੇਰੀ ਆ ਮੂੰਹ ਨਾ ਫੜਾ ਵਾ ਮੈਂ ਵੇਨਾ ਨੂੰ ਫੜਦੇ ਹਾਂ ਫੜਦੇ ਚੱਲ ਪਿਛਲੀ ਵਾਰ ਵਾਂਗੂ ਹੈ ਬਰਫ ਆਈਸ ਕਿਊਬ ਬਸ ਆਪਣੀ ਕਰਨੇ ਹੋਰ ਆਹੋ ਤੱਤਰ ਹੋ ਜਾਏ ਤੂੰ ਭਾਈ ਤੂੰ ਲਾਗੇ ਨਾ ਆਇਓ ਕੋਈ ਵੀ ਹੁਣ ਉਹ ਸਕੂਟੀ ਚਾਹੀਦੀ ਤੁਹਾਨੂੰ ਸਕੂਟੀ ਬੋਏ ਬਣੇ ਹੈ ਪਾਰੇ ਮਸਾ ਉੱਥੋਂ ਆ
एक दिन कुटन आई ना मार दे गोला बनाए मारे आप आई स्वाद बनिया यार स्वाद बनिया पूरा भर हां पूरा भर की पाता ही काली मिर्च उपर आई बहुत स्वाद बने यार पिछली यार नालों 101% वधिया बने सेम है सारा ना पिछले मिठा घट कदी ओ कर ले मैं पी लेना यार ले काके पी दे ले काके पी ले यार ओए एक मिनट पूरी पी ओए फिर देना नहीं जी इन देना नहीं है तेरे ठीक है ओ सारा ही पी रहा तन्नू की रहा कुछ नहीं है भरावा वैसे लगन दे आवाज झोलिया जाओ गला आ गला झोल के पाई ना ज्यादा सवाल लगन है ना ओ पाओ थोड़ा ओ पाओ पालो जा ਕਾਲਾ ਪਾਲਾ ਦਾ ਸਵਾਲ ਲੱਗਣ ਦੀ ਕਾਲੇ ਮਿਰਚ ਓਏ ਜਾ ਵਧੀਆ ਉਹ ਗਰਾਜ ਕੀਤਾ ਹੀ ਨਾ ਆਪਾਂ ਉਹਦੇ ਉੱਤੇ ਪਾਤਾ ਤਾਂ ਲੱਗਣ ਦੇ ਉਹਨੂੰ ਚਲੋ ਉਹ ਡਰੀ ਆ ਸਵਾਲ ਹੈ ਮਾਮਾ ਇਹ ਸਾਡਾ ਸ਼ੌਕ ਵੀ ਕਰੀ ਅੱਜ ਸਵਾਲ ਬਣਿਆ ਨਾ ਉਹ ਦਿੰਦੇ ਓਏ ਮਜ਼ਾ ਆ ਗਿਆ ਯਾਰ ਮਜ਼ਾ ਚਾਰ ਮਰੀ अज यार हवा इन वधिया चल रही है ना हाँ देखो किन गुडिया पतंगा उड़ रही ने पतंगा ज्यादा उड़ रही चेक करो नहीं हो सकता इधर हम एक्टिंग चेक करो वाह
अज जिनी मेहनत जिन्ना टाइम लगना रगड़ ते रगड़ा उन्ना ज्यादा स्वाद बनया यार इन्ना वधिया बनया मजा आ गया। काली मिर्च थोड़ी घट ही फिर उपरों पाती अपना देसी गढ़ करता पर बहुत वधिया बनया। तो हुण मैं जा रहा जी गैस वट किथे जा रहा हूँ जिम। जी हाँ तीन भी कहना महीने च एक दिन जिम जाके डाइट का सारी का भाषण दे के कि डाइटिंग आद अगले दिन फूड वगैरह बना के खा पी के कुलचे देसी घ्यो वाले तो बस डाइट में सत श्रीकाल कह रहे नहीं यार। पता की होंगे वा पहला मैं सोचा कि सवेरे सवेरे जिम जाया करूँगा पूरा दिन है वधिया रहा करूँगा। हुण गल इदा है कि 6-7 बजे उठ के जिम गया मैं दो दिन तो रात को कई बार ना व्लॉग एडिट करते 2-3 बज जाते फिर नींद नहीं पूरी होंगी तो दिने मेरे को सुता नहीं आता दिन मैं नींद नहीं आती नींद आँदी भी पर मैं सोना नहीं है तो करके फिर मैं हम सोचा कि यार सवेरे तो कम औखा वा है ना देखो यार व्लॉग अपलोड करना हों एडिट वगैरह करना हों सारा ता करके रात को जिम ठीक है रात में की 8-9 बजे जिम चल जाया करा आके बस घर सुते हैं या फिर व्लॉग एडिट करके सौ गए या सवेरे छेती उठ गए इदा कर सकते है ना। सो रात को हूँ जिन तक कहीं जाने नहीं किसी ट्रिप तक या घूमना फिरना भी पैना वा देखो कोशिश तो यही रहेगी कि डेली वर्कआउट किया जाए तो बॉडी अपनी फिट की जाए बस यही है यार। मैं भी यही सारे कहना कि वर्कआउट करो ये है कि डोले शूले वाला ध्यान दवो पर इन्ना भी नहीं दवो ये कि अपनी बॉडी फिट रखो वर्कआउट जरूर करो तो सेहत लिए बहुत चंगा वा। व्हाट्सएप चलता इंस्टाग्राम चलता नेट मुक्या सा ठंड बहुत गर्मी हो फिर जिम नू मत्था टेक के इन्ने महीने ये जिम घटो घट 2.5 महीने वर्ग लगे है ना ये हैगी है कलमी ये अंदर ना फिलिंग होंगी आ बड़ी घैंट चीज है यार अंदर यार ता नहीं बैठे अंदर ना बड़ी भीड़ है यार बड़ा रश है ता करके अहीं बाहर ही रोड ते ही अरे एक साइड पर रुक रुक इन्हें सुनने कर दूं चलो चक लो कम हाले रूटीन बनते थोड़ा टाइम लगेगा बट वर्कआउट जरूरी है यार हम वर्कआउट कर रहे हैं तो थोड़ा बहुत खा पी है यार हाले हौली 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 थोड़ा डाइट से कंट्रोल करा तो चलो होप कर दें कि तुम अजल वजी लगे जो वजी लगा तो लाइक कमेंट शेयर करो तो मिलते थोड़ा टेक केयर ऐसे प्यार करते रहो रब रखा।